ਸਤਿ ਸ਼੍ਰੀ ਅਕਾਲ ਜੀ। ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਕਲੀਅਰ ਕਲੋਥ ਹਾਊਸ ਪਟਿਆਲਾ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓਜ਼ ਦੇਖਣ ਲਈ, ਆਸ਼ੀਰਵਾਦ ਦੇਣ ਲਈ, ਸਾਡੇ ਲਈ ਟਾਈਮ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਦਿਲੋਂ ਦੁਆਵਾਂ ਸਾਡੇ ਵੱਲੋਂ। ਅਤੇ ਜੇ ਤੁਸੀਂ ਸਾਡਾ ਅੱਜ ਚੈਨਲ ਪਹਿਲੀ ਵਾਰੀ ਦੇਖਿਆ ਤਾਂ ਫਿਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਅਸੀਂ ਬਹੁਤ ਹੀ ਜੈਨੂਨ ਪ੍ਰਾਈਸ 'ਤੇ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਦੁਪਹਿਰੇ 12:05 'ਤੇ ਲੈ ਕੇ ਆਉਂਦੇ ਹਾਂ। ਅਤੇ ਪੂਰੇ ਇੰਡੀਆ ਦੇ ਵਿੱਚ ਹਰ ਜਗ੍ਹਾ ਸਾਡੀ ਸ਼ਿਪਿੰਗ ਹੈ, ਪਿੰਡ ਹੋਵੇ ਭਾਵੇਂ ਸ਼ਹਿਰ ਹੋਵੇ। ਅਤੇ ਉਹਦੇ ਵਾਸਤੇ ਇੱਕ ਜਿਹੜਾ ਨੰਬਰ ਤੁਹਾਨੂੰ ਚਾਹੀਦਾ ਉਹ ਆ ਹੈ, ਇਹਦੇ ਉੱਤੇ ਤੁਸੀਂ ਸਾਨੂੰ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਉਹ ਵਟਸਐਪ ਕਰਨਾ ਸਕਰੀਨਸ਼ੋਟ, ਅਤੇ ਫਿਰ ਉਸ ਤੋਂ ਬਾਅਦ ਅਵੇਲੇਬਿਲਟੀ ਪਤਾ ਲੱਗਣ 'ਤੇ ਤੁਸੀਂ ਸਾਡੇ ਤੋਂ ਸਾਡਾ ਇੱਕ ਨੰਬਰ ਲੈਣਾ ਜਿਹਦੇ 'ਤੇ ਤੁਸੀਂ ਪੇ ਕਰਨਾ, ਠੀਕ ਹੈ ਜੀ। ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ। ਅਤੇ ਜੇ ਤੁਸੀਂ ਸ਼ੋਪ 'ਤੇ ਆਉਣਾ ਫਿਰ ਐਡਰੈਸ ਨੋਟ ਕਰ ਲਓ, ਕਲੀਅਰ ਕਲੋਥ ਹਾਊਸ, ਜੌੜੀਆਂ ਸੜਕਾਂ, ਨੇੜੇ ਢਿੱਲੋਂ ਫਨਵਰਡ, ਚੀਕੇ ਵਾਲਾ ਮੋੜ, ਪਟਿਆਲਾ। ਆਉਣ ਤੋਂ ਪਹਿਲਾਂ ਇੱਕ ਫੋਨ ਜ਼ਰੂਰ ਕਰਨਾ ਹੈ, ਉਹ ਨਹੀਂ ਭੁੱਲਣਾ। ਐਂ ਨਾ ਹੋਵੇ ਤੁਸੀਂ ਆਓ ਤਾਂ ਅਸੀਂ ਤੁਹਾਨੂੰ ਮਿਲੀਏ ਨਾ, ਕਿਉਂਕਿ ਸੰਡੇ ਸਾਡਾ ਵੈਸੇ ਹੀ ਔਫ ਹੈ ਅਤੇ ਟਾਈਮ ਵੀ ਸਾਡਾ 10 to 5 ਹੈ, ਅਤੇ ਕਦੇ ਕਦੇ ਕੰਮ ਧੰਦਾ ਨਿਕਲਿਆ ਹੋਵੇ ਤਾਂ ਉਦੋਂ ਵੀ ਔਫ ਕਰ ਲੈਂਦੇ ਹਾਂ। ਇਸ ਕਰਕੇ ਆਉਣ ਤੋਂ ਪਹਿਲਾਂ ਇੱਕ ਫੋਨ ਤਾਂ ਮਸਟ ਹੈ, ਉਹ ਨਹੀਂ ਭੁੱਲਣਾ। ਅਤੇ ਅੱਜ ਆਪਾਂ ਤੁਹਾਨੂੰ ਜਿਹੜੇ ਹਾਂ ਇੱਕ ਕੰਮ ਹੋਰ ਕਰਨਾ ਹੈ, ਹੁਣ ਮੈਂ ਹਰ ਵੀਡੀਓ 'ਚ ਯਾਦ ਕਰਾਉਂਦਾ ਕਰੂੰਗੀ, ਉਹ ਇਹ ਕਿ ਜਦੋਂ ਔਡਰ ਕਰਨਾ ਹੈ ਤਾਂ ਇਹ ਨਹੀਂ ਪੁੱਛਣਾ ਵੀ ਇਹ ਹੈਗਾ, ਅਤੇ ਫਿਰ ਉਸ ਤੋਂ ਬਾਅਦ ਅਸੀਂ ਹਾਂ ਕਹਾਂਗੇ, ਫਿਰ ਤੁਸੀਂ ਫਿਰ ਕਹੋਗੇ ਜੀ ਪੇਮੈਂਟ ਕਰਦਾ, ਇੰਨੇ ਪ੍ਰੋਸੈਸ 'ਚ ਨਹੀਂ ਪੈਣਾ। ਜੇ ਤੁਹਾਡਾ ਮਾਇੰਡ ਬਣ ਗਿਆ ਕਿ ਅਸੀਂ ਲੈਣਾ, ਫਿਰ ਤੁਸੀਂ ਸਿਰਫ ਇਹ ਪੁੱਛਣਾ ਜੇ ਇਹ ਹੈਗਾ ਤਾਂ ਮੈਂ ਪੇਮੈਂਟ ਕਰਦਾ, ਠੀਕ ਹੈ ਜੀ, ਤਾਂ ਜੋ ਫਿਰ ਅਸੀਂ ਕਿਸੇ ਹੋਰ ਨੂੰ ਪੇਮੈਂਟ ਕਰਨ ਨੂੰ ਨਾ ਕਹੀਏ। ਕਿਉਂਕਿ ਜਦੋਂ ਤੁਸੀਂ ਹੈਗਾ ਪੁੱਛ ਕੇ ਹਾਂ ਹਾਂ, ਅਸੀਂ ਕਈ ਵਾਰੀ 4 ਜਣੇ ਨੂੰ ਜਦ ਤੱਕ ਨਿਕਲਿਆ ਨਹੀਂ ਉਦ ਤੱਕ ਤਾਂ ਹੈਗਾ ਹੀ ਹੈ ਨਾ, ਤਾਂ ਅਸੀਂ 4 ਜਣੇ ਨੂੰ ਹਾਂ ਕਹਿ ਦੀ, ਫਿਰ ਕਈ ਵਾਰੀ ਕੀ ਹੁੰਦਾ ਪਹਿਲਾਂ 2 ਜਣੇ ਦੀ ਪੇਮੈਂਟ ਆ ਜਾਂਦੀ ਹੈ, ਅਤੇ ਫਿਰ ਜਦੋਂ ਤੁਹਾਨੂੰ ਕਹੀਦਾ ਵੀ ਹੁਣ ਨਿਕਲ ਗਿਆ, ਉਦੋਂ ਤੁਸੀਂ ਫਿਰ ਕਹਿੰਦੇ ਨੇ ਮੈਂ ਤਾਂ ਪਹਿਲਾਂ ਪੁੱਛਿਆ ਸੀ। ਇਸ ਕਰਕੇ ਪੁੱਛਣਾ ਨਹੀਂ, ਸਾਨੂੰ ਤੁਸੀਂ ਦੱਸਣਾ ਹੈ ਵੀ ਮੈਂ ਇਹ ਸੂਟ ਲੈਣਾ ਅਤੇ ਇਹਦੀ ਪੇਮੈਂਟ ਕਰਨੀ ਹੈ, ਠੀਕ ਹੈ। ਲਓ ਜੀ ਕਰੀਏ ਸ਼ੁਰੂ। ਅੱਜ ਆਪਾਂ ਤੁਹਾਨੂੰ ਗਰਲਿਸ਼ ਲੁੱਕ ਦੇ ਪਿਓਰ ਕਾਟਨ ਦੇ, ਜੈਪੁਰੀ ਕਾਟਨ ਦੇ ਬਹੁਤ ਸੋਹਣੇ ਸੋਹਣੇ ਸੂਟ ਦੇਣੇ ਆ, ਅਤੇ ਸਾਰੇ ਹੈਂਡਵਰਕ ਦੇ ਹੋਣਗੇ ਜ਼ਿਆਦਾਤਰ ਸੂਟ, ਠੀਕ ਹੈ ਜੀ। ਕਰਦੇ ਹਾਂ ਸ਼ੁਰੂ। ਜਿਨ੍ਹਾਂ ਨੇ ਜੈਪੁਰੀ ਕਾਟਨ ਪਹਿਨੀ ਹੈ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਜੈਪੁਰੀ ਕਾਟਨ ਪਿਓਰ ਕਾਟਨ ਹੁੰਦੀ ਹੈ, ਸੋਲਿਡ ਕਾਟਨ ਹੁੰਦੀ ਹੈ, ਵਿਦਆਊਟ ਲਾਈਨਿੰਗ ਬਣਦੀ ਹੈ, ਕੋਈ ਗਲਾਂਬੇ ਵਾਲੀ ਚੀਜ਼ ਨਹੀਂ ਹੁੰਦੀ, ਬਹੁਤ ਏ ਕਲਾਸ ਆਈਟਮ ਹੁੰਦੀ ਹੈ। ਲਓ ਜੀ ਕਰੀਏ ਸ਼ੁਰੂ। ਫਿਰ ਬਹੁਤ ਸੋਹਣੇ ਸੋਹਣੇ ਕਲਰ, ਪੂਰੀ ਗਰਲਿਸ਼ ਲੁੱਕ ਦੀ ਆਈਟਮ ਹੈ, ਦੇਖੋ ਪੂਰਾ ਲਸ਼ ਲਸ਼ ਕਰਦਾ ਸੂਟ। ਇਹ ਜਿਹੜੀ ਹੁੰਦੀ ਹੈ ਨਾ ਸੂਟ, ਇਹ ਗਰਮੀਆਂ ਦੇ ਵਿੱਚ ਜਿਵੇਂ ਆਪਾਂ ਛੋਟੀਆਂ ਪਾਰਟੀਜ਼ ਦੇ ਵਿੱਚ ਵੀ ਪਾ ਲੈਂਦੇ ਹਾਂ, ਕਿਉਂਕਿ ਆ ਦੇਖੋ ਕੰਮ ਕੁੰਮ ਬਹੁਤ ਸੋਹਣਾ ਹੋਇਆ ਹੁੰਦਾ ਇਹਨਾਂ 'ਤੇ, ਅਤੇ ਬਹੁਤ ਪਿਆਰੀ ਲੁੱਕ ਦੇ ਵਿੱਚ ਗਲੇ ਦੇ ਉੱਤੇ ਵਰਕ ਹੋਇਆ ਹੋਇਆ, ਸੇਮ ਕਲਰ ਦੀ ਨਲਕੀ ਲੱਗੀ ਹੋਈ ਨਾਲ ਮਿਰਰ ਵਰਕ ਬਰੀਕ, ਠੀਕ ਹੈ। ਲਓ ਜੀ, ਅਤੇ ਨਾਲ ਤੁਹਾਨੂੰ ਪ੍ਰਿੰਟਿੰਗ ਬਹੁਤ ਸੋਹਣੀ, ਅਤੇ ਫਿਰ ਨੀਚੇ ਅਸੀਂ ਫਾਈਨਲ ਕੀਤਾ ਇਹਨੂੰ ਸਮੋਸਾ ਲੇਸ ਨਾਲ, ਠੀਕ ਹੈ ਜੀ। ਅਤੇ ਇਹਦੀ ਲੈਂਥ ਮੈਂ ਤੁਹਾਨੂੰ ਦੱਸ ਦਿੰਦੀ ਕਿੰਨੀ ਹੈ, ਹੁਣ ਇਹਦੀ ਲੈਂਥ 46 ਹੈ, ਯਾਨੀ ਕਿ 44 to 45 ਦੇ ਵਿੱਚ ਤੁਹਾਡੀ ਐਸ ਸੱਚ ਬਣ ਜੂਗੀ, ਪਲੱਸ ਮਾਈਨਸ ਤੁਸੀਂ ਕਰਨਾ ਤਾਂ ਨੀਚੇ ਕੋਈ ਤੁਸੀਂ ਆਪਣਾ ਕੋਈ ਲੇਸਿੰਗ ਜਾਂ ਕੁਛ ਵੀ ਕਰਕੇ ਐਡ ਆਨ ਕਰ ਸਕਦੇ ਹੋ। 44 to 45 ਐਸ ਸੱਚ, ਹੁਣ 45 ਹੈ, ਠੀਕ ਹੈ, ਤਾਂ 44 ਤੱਕ ਤੁਹਾਡੀ ਆਰਾਮ ਨਾਲ ਬਣ ਜੂਗੀ, ਠੀਕ ਹੈ ਜੀ। ਅਤੇ ਕਲਰ ਤੁਸੀਂ ਨੋਟ ਕਰ ਲਿਆ ਕਿਹੜਾ ਹੈ, ਬਲੂ ਫਿਰੋਜ਼ੀ ਬਲੂ ਜਾਂ ਪਤਾ ਨਹੀਂ ਕਿਹੜਾ, ਰੋਇਲ ਬਲੂ ਟਾਈਪ ਜਾਂ, ਅਤੇ ਇਹਦੇ ਨਾਲ 2.5 ਮੀਟਰ ਬੋਟਮ ਮਿਣ ਕੇ ਤੁਹਾਨੂੰ ਮਿਲੂਗੀ ਇਹ ਵਾਲੀ, ਠੀਕ ਹੈ, ਬਹੁਤ ਪਿਆਰੀ। ਅਤੇ ਨਾਲ ਤੁਹਾਨੂੰ ਮਿਲੂਗਾ ਇਹ ਬੰਧ ਨਹੀਂ ਡਾਈ 'ਚ ਹੋਇਆ ਪਿਆ, ਹਾਫ ਪਿਓਰ ਦਾ ਦੁਪੱਟਾ, ਠੀਕ ਹੈ। ਲਓ ਜੀ, ਜਦੋਂ ਤੁਸੀਂ ਇਹਨੂੰ ਖੁੱਲ੍ਹਣਾ ਹੈ, ਇਹ ਉਵੇਂ ਹੀ ਬੰਧ ਨਹੀਂ ਦੇ ਨਾ, ਉਵੇਂ ਹੀ ਹੁੰਦੀ ਹੈ, ਲਓ ਜੀ ਆਹ ਦੇਖੋ ਆਹ ਡਿਜ਼ਾਈਨ ਖੁੱਲੂਗਾ, ਠੀਕ ਹੈ। ਅਤੇ ਨਾਲ ਇਹਨੂੰ ਇਹ ਡਿਜ਼ਾਇਨਿੰਗ ਕੀਤੀ ਹੋਈ ਹੈ, ਅਤੇ ਦੁਪੱਟੇ ਜਿਹੜੇ ਇਹਨਾਂ ਦੇ ਹੈ 2.5 ਤੋਂ ਪਲੱਸ ਹੈ, ਮੈਂ ਮਿਲ ਲਿਆ, ਅਤੇ 2.5 ਤੋਂ ਘੱਟ ਹੈ, ਠੀਕ ਹੈ। ਅਤੇ ਇਹਨੇ ਖੁੱਲ੍ਹ ਜਾਣਾ ਜਿਵੇਂ ਹਾਫ ਪਿਓਰ ਦੇ ਦੁਪੱਟੇ, ਆਹ ਦੇਖੋ ਪੂਰਾ, ਠੀਕ ਹੈ। ਇਹ ਇਹਨਾਂ ਨੇ ਹਜੇ ਉਵੇਂ ਹੀ ਬੰਨ ਕੇ ਜੋ ਵੀ ਛੱਡੇ ਹੁੰਦੇ ਆ, ਠੀਕ ਹੈ। ਅਤੇ ਆਹ ਤੁਹਾਨੂੰ ਨਾਲ ਇਹਦੇ ਡਿਜ਼ਾਇਨ ਹੋਣਗੇ,
ਆ ਤੁਹਾਨੂੰ ਲਟਕਣਾ ਜਿਹੀਆਂ ਲੱਗੀਆਂ ਹੋਈਆਂ ਮਿਲਣਗੀਆਂ, ਬਹੁਤ ਸੋਹਣਾ ਤੁਹਾਡੇ ਕੋਲ ਫੈਬਰਿਕ ਆਉਣਾ, ਠੀਕ ਹੈ। ਤੇ ਲਟਕਣਾ ਸਮੇਤ ਤਾਂ 2.5 meter ਹੀ ਸਮਝ ਲਓ ਤੁਸੀਂ, ਇਹਨਾਂ ਦਾ ਵੇਟ ਨਹੀਂ, ਇਹ ਵੀ ਸੋਚਣਾ ਕਿ ਇਹਨਾਂ ਦਾ ਵੇਟ ਹੋਊਗਾ, ਵੇਟ ਨਹੀਂ ਹੈ ਇਹ, ਥਰਮੋਕੋਲ ਟਾਈਪ ਜਿਹੀਆਂ ਗੋਲੀਆਂ ਹੁੰਦੀਆਂ ਜਿਹਦੇ ਉੱਤੇ ਕੱਪੜੇ ਦੇ ਨਾਲ ਡਿਜ਼ਾਈਨਿੰਗ ਕੀਤੀ ਹੁੰਦੀ ਹੈ। ਤੇ ਇਹ ਤੁਹਾਨੂੰ ਸੂਟ ਮਿਲਣਾ ਜੀ 1950 ਰੁਪਏ 'ਚ, ਸਿਰਫ 1950 ਦੇ ਵਿੱਚ ਇਹ ਹੈਂਡਵਰਕ ਦਾ ਬਹੁਤ ਖੂਬਸੂਰਤ ਸੂਟ ਤੁਹਾਡੇ ਘਰ ਪਹੁੰਚ ਜਾਣਾ ਵਿਦਆਊਟ ਐਨੀ ਸ਼ਿਪਿੰਗ ਚਾਰਜਿਸ, ਠੀਕ ਹੈ ਜੀ। ਹੁਣ ਤੁਹਾਨੂੰ ਇਹਦੇ ਕਲਰ ਦਿਖਾ ਦਿੰਦੇ ਹਾਂ, ਅਗਲਾ ਕਲਰ ਤੁਹਾਨੂੰ ਇਹ ਮਿਲੂਗਾ, ਬਹੁਤ ਸੋਹਣਾ ਸੀ ਗ੍ਰੀਨ ਜਿਹਾ ਕਲਰ ਹੈ, ਲਓ ਜੀ, ਠੀਕ ਹੈ। ਐਨ ਪੂਰਾ ਲਸ਼ ਲਸ਼ ਕਰਦਾ ਗਲੇ ਦੇ ਉੱਤੇ ਵਰਕ, ਅਤੇ ਨਾਲ ਇਹ ਬੋਟਮ ਹੋਊਗੀ 2.5 meter ਹੋਊਗੀ। ਇਹ ਤੁਹਾਨੂੰ ਮਿਲੂਗਾ ਇਹਦਾ ਦੁਪੱਟਾ ਜਿਹੜਾ ਕਿ 2.25 ਤੋਂ ਪਲੱਸ ਹੈ ਅਤੇ 2.5 ਤੋਂ ਥੋੜ੍ਹਾ ਜਿਹਾ ਘੱਟ ਹੈ, ਠੀਕ ਹੈ। ਲਓ ਜੀ, ਇਹ ਤੁਹਾਨੂੰ ਮਿਲ ਰਿਹਾ ਜੀ 1950 ਦੇ ਵਿੱਚ। ਇੱਕ ਕਲਰ ਤੁਹਾਨੂੰ ਹੋਰ ਬਿਲਕੁਲ ਹੀ ਡਿਫਰੈਂਟ ਜਿਹਾ ਦੇਣਾ, ਅਲੱਗ ਜਿਹਾ ਹੀ ਕਲਰ ਹੈ ਇਹ, ਲਓ ਜੀ ਨੋਟ ਕਰ ਲਓ, ਵਾਈਨ ਫੈਮਿਲੀ ਜੀ ਦਾ, ਬਟ ਹਾਂਜੀ ਪ੍ਰੋਪਰ ਵਾਈਨ ਵੀ ਨਹੀਂ ਹੈਗਾ, ਤੁਸੀਂ ਨੋਟ ਕਰ ਲਓ ਆਪੀ, ਠੀਕ ਹੈ। ਬਹੁਤ ਪਿਆਰੀ, ਕਿਉਂਕਿ ਜਿਹਨਾਂ ਨੇ ਇਹਨਾਂ ਦੇ ਉੱਤੇ ਜਿਹੜਾ ਵਰਕ ਕੀਤਾ ਨਾ, ਉਹ ਵੀ ਐਂ ਨਹੀਂ ਕਿ ਥੋੜ੍ਹਾ ਜਿਹਾ, ਦੇਖੋ ਤੁਸੀਂ ਪੱਟੀ ਬਹੁਤ ਲੰਬੇ ਤੱਕ ਵਰਕ ਹੈ ਗਲੇ ਦੇ ਉੱਤੇ, ਠੀਕ ਹੈ। ਅਤੇ ਬਹੁਤ ਸੋਹਣਾ ਸੂਟ ਲੱਗਣ ਵਾਲਾ ਹੈ, ਅਤੇ ਪ੍ਰਾਈਸ ਮਿਲ ਰਿਹਾ ਸਿਰਫ ਤੁਹਾਨੂੰ 1950 ਰੁਪਏ, ਲਓ ਜੀ। ਅਗਲਾ ਡਿਜ਼ਾਈਨ ਖੋਲਦੇ ਹੈ, ਬਹੁਤ ਹੀ ਪਿਆਰਾ ਬੇਬੀ ਪਿੰਕ ਜਿਹਾ ਕਲਰ ਹੈ, ਠੀਕ ਹੈ। ਅਤੇ ਪਹਿਲਾਂ ਤਾਂ ਇਹਦੇ ਗਲੇ ਦੇ ਉੱਤੇ ਵਰਕ ਦੇਖੋ, ਅੱਜ ਕੱਲ੍ਹ ਜਿਹੜੇ ਪਾਕਿਸਤਾਨੀ ਸਟਾਈਲ ਦੇ ਵਿੱਚ ਕੁੜਤੇ ਜੇ ਨਹੀਂ ਥੋੜ੍ਹੇ ਲੂਜ਼ ਫਿਟਿੰਗ ਦੇ ਬਣਾਉਂਦੇ ਆਪਾਂ, ਉਹ ਤਾਂ ਬਹੁਤ ਸੋਹਣੇ ਲੱਗਦੇ ਆ ਇਹੋ ਜਿਹੇ ਬਣੇ ਹੋਏ, ਕੋਈ ਡਿਜ਼ਾਇਨਿੰਗ ਨਹੀਂ ਕਰਨੀ ਦੇਖੋ ਤੁਸੀਂ, ਵੀ ਗਲੇ ਦੇ ਉੱਤੇ ਉਹ ਬਣੇ ਹੋਏ ਆ, ਨਾਲ ਇਹਦੇ ਉੱਤੇ ਸਾਰੇ ਦੇ ਉੱਤੇ ਬਰੀਕ ਮਿਰਰ ਵਰਕ ਹੋਇਆ ਹੋਇਆ, ਠੀਕ ਹੈ। ਅਤੇ ਨਾਲ ਇੱਕ ਇਹਦੇ 'ਤੇ ਹਾਂ ਕਟਵਾਉਣੇ ਦਾ ਕੰਮ ਵੀ ਹੋਇਆ ਹੋਇਆ, ਅਤੇ ਬਰੀਕ ਲੇਸ ਲਗਾ ਕੇ ਇਹਨੂੰ ਫਾਈਨਲ ਕੀਤਾ, ਇਹਦੇ ਉੱਤੇ ਵੀ ਦੌਕੇ ਦਾ ਅਤੇ ਸਿੱਪੀ ਦਾ ਕੰਮ ਹੋਇਆ ਹੋਇਆ, ਠੀਕ ਹੈ। ਦੇਖੋ ਅਤੇ ਪ੍ਰਿੰਟ ਐਂਡ ਕਲਰ ਜਸਟ ਪਿੱਕ ਹੈ, ਠੀਕ। ਅਤੇ ਨਾਲ ਤੁਹਾਨੂੰ ਫਿਰ ਨੀਚੇ ਘੇਰੇ ਦੇ ਉੱਤੇ ਇੱਕ ਦੂਸਰੇ ਪ੍ਰਿੰਟ ਦੀ, ਉਹਦੇ ਉੱਤੇ ਵੀ ਜਰੀ ਦਾ ਥਰੈਡ ਜਿਹਾ ਚੱਲ ਕੇ ਵਰਕ ਜਿਹਾ ਹੋਇਆ ਹੋਇਆ, ਅਤੇ ਨਾਲ ਬਰੀਕ ਲੇਸ ਦਿੱਤੀ ਹੈ, ਠੀਕ ਹੈ। ਇਹ ਤੁਹਾਨੂੰ ਮਿਲੂਗਾ ਇਹਦਾ ਬੋਟਮ 2.5 meter ਕੱਟ ਹੋਊਗਾ, ਫੈਬਰਿਕ ਪੂਰਾ ਸੋਲਿਡ ਆਊਗਾ ਤੁਹਾਡੇ ਕੋਲ, ਅਤੇ ਆ ਇਹਦੀਆਂ ਬਾਹਾਂ ਵਾਸਤੇ ਅਲੱਗ ਤੋਂ ਲੇਸ ਐਂਡ ਉਹ ਵਰਕ ਵਾਲੀ ਪੱਟੀ ਇੱਥੇ ਵੀ ਲੱਗੀ ਹੋਈ ਹੈ, ਠੀਕ ਹੈ। ਦੋਨੋਂ ਸਾਈਡ 'ਤੇ ਇੱਕ ਇੱਕ ਬਾਂਹ ਦਾ, ਅਤੇ ਨਾਲ ਇਹਦੀ ਖੂਬਸੂਰਤੀ ਵਧਾ ਰਿਹਾ ਹੈ, ਬਹੁਤ ਖੂਬਸੂਰਤ ਕੋਟੇ ਦਾ ਦੁਪੱਟਾ, ਲਓ ਜੀ, ਠੀਕ ਹੈ। ਹਲੋ ਡਿਜ਼ਾਇਨਿੰਗ ਦੇਖੋ ਕੋਟੇ ਦੇ ਵਿੱਚ ਕਿਵੇਂ ਕੀਤੀ ਹੈ, ਪਿਓਰਲੀ ਗਰਲਿਸ਼ ਲੁੱਕ ਦਿੱਤੀ ਹੈ ਸੂਟ ਨੂੰ, ਠੀਕ ਹੈ। ਹਲੋ ਅਤੇ ਸਿੰਥੈਟਿਕ ਨਹੀਂ ਹੈ, ਠੀਕ ਹੈ, ਨੈੱਟ ਕੋਟਾ ਜਿਹਾ ਹੈ, ਆਹ ਦੇਖ ਲਓ ਇਸ ਤਰ੍ਹਾਂ, ਮਤਲਬ ਬਹੁਤ ਥਿੱਕ ਨਹੀਂ ਹੈ ਅਤੇ ਸਿੰਥੈਟਿਕ ਨਹੀਂ ਹੈ ਪਰ ਬਿਲਕੁਲ, ਠੀਕ ਹੈ। ਅਤੇ ਨਾਲ ਤੁਹਾਨੂੰ 4 sides ਦੇ ਇਸ ਤਰ੍ਹਾਂ ਇਹ ਲੇਸ ਮਿਲੂਗੀ, ਪਲੱਸ 4 sides ਕਾਰਨਰਸ ਦੇ ਉੱਤੇ ਇਹਦੇ ਆਹ ਵਾਲੀ ਲਟਕਣ ਮਿਲੂਗੀ, ਜਿਹੜੀ ਤੁਸੀਂ ਇੱਥੋਂ ਉਤਰਵਾ ਕੇ ਆਪਣੇ ਬੈਕ 'ਤੇ ਵੀ ਯੂਜ਼ ਕਰ ਸਕਦੇ ਹੋ, ਬੈਕ ਫਰੰਟ ਗਲੇ ਦੀ ਕਿਤੇ ਵੀ ਇਹਦੀ ਡਿਜ਼ਾਇਨਿੰਗ ਕਰਾ ਸਕਦੇ ਹੋ, ਜੇ ਤੁਹਾਨੂੰ ਇਹ ਦੁਪੱਟੇ 'ਤੇ ਨਾ ਚਾਹੀਦਾ ਹੋਵੇ, ਕਿਉਂਕਿ ਪ੍ਰੋਪਰ ਸੇਮ ਕੱਪੜੇ ਦੇ ਨਾਲ ਬਣਿਆ ਗਿਆ। ਅਤੇ ਖੂਬਸੂਰਤ ਲੁੱਕ ਵਾਲਾ ਇਹ ਸੂਟ ਤੁਹਾਨੂੰ ਮਿਲਣਾ 2190 ਰੁਪਏ, 2190 ਦੇ ਵਿੱਚ ਸੂਟ ਤੁਹਾਡੇ ਘਰ ਆਉਣਾ ਵਿਦਆਊਟ ਐਨੀ ਐਕਸਟਰਾ ਸ਼ਿਪਿੰਗ ਚਾਰਜਿਸ, ਠੀਕ ਹੈ ਜੀ। ਅਗਲਾ ਤੁਹਾਨੂੰ ਇਹਦੇ 'ਚ ਕਲਰ ਦਿਖਾਉਂਦੇ ਹਾਂ, ਲਓ ਮਿੱਠਾ ਪੀਲਾ ਕਲਰ, ਬਹੁਤ ਖੂਬਸੂਰਤ ਲੁੱਕ ਆਉਂਦੀ ਹੈ, ਇਹਨਾਂ ਰੰਗਾਂ ਦੀ ਲੁੱਕ ਬਹੁਤ ਸੋਹਣੀ ਆਉਂਦੀ ਹੈ। ਦੇਖੋ ਪੂਰਾ ਹੈਵੀ ਵਰਕ ਹੈ, ਪੂਰਾ ਸਿੱਪੀ ਦਾ ਵਰਕ ਦਬਕਾ, ਫਿਰ ਆ ਜਿਹੜੀ ਲੇਸਿੰਗ ਕਰਕੇ ਇਹਨੂੰ ਫਾਈਨਲ ਕੀਤਾ, ਕੁਛ ਨਹੀਂ ਛੱਡਿਆ ਫਰਮ ਨੇ, ਸਾਰੇ ਕੰਮ ਆਪ ਤੁਹਾਨੂੰ ਕਰਕੇ ਦਿੱਤਾ। ਲਓ ਜੀ, ਕੋਈ ਡਿਜ਼ਾਇਨਿੰਗ ਕਰਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਦੁਪੱਟੇ 'ਤੇ ਡਿਜ਼ਾਇਨਿੰਗ ਇਹਦੀ ਬਹੁਤ ਸੋਹਣੀ ਕਰਕੇ ਦਿੱਤੀ ਫਰਮ ਨੇ। ਆਹ ਦੇਖੋ, ਆਹ ਜਿਹੜੀ ਚੀਜ਼ ਟੁਕੜੀਆਂ ਲਾ ਕੇ ਉਹਦੇ ਆਸੇ ਪਾਸੇ ਲੇਸ ਲਾ ਕੇ ਇਹਨੂੰ ਬਣਾਇਆ, ਅਤੇ ਵਿੱਚ ਛੋਟਾ ਛੋਟਾ ਪ੍ਰਿੰਟ ਹੈ, ਠੀਕ ਹੈ। ਅਤੇ ਇਹ ਤੁਹਾਨੂੰ ਮਿਲਣਾ ਜੀ 2190
90 ਰੁਪਏ ਦਾ, 2190 ਦੇ ਵਿੱਚ ਸੂਟ ਤੁਹਾਡੇ ਘਰ ਆ ਜਾਣਾ ਵਿਦ ਦੁਪੱਟਾ, ਉਹ ਵੀ ਡਿਜ਼ਾਈਨਰ। ਅਗਲੇ ਦੇ ਵਿੱਚ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੈ, ਸ਼ਟਲ ਦੀ ਲੇਸ, ਫਿਰ ਉਹਦੇ ਉੱਪਰ ਹੈਂਡਵਰਕ ਹੋਇਆ ਹੋਇਆ ਥਰੈਡ ਦਾ, ਫਿਰ ਗੋਟਾ ਪੱਤੀ ਦਾ ਕੰਮ ਹੈ, ਫਿਰ ਇਹਦੇ ਵਿੱਚ ਸਾਰਾ ਹੈਂਡਵਰਕ ਮਿਰਰ ਵਰਕ ਪਲੱਸ ਕਟਲਾਣਾ, ਠੀਕ ਹੈ, ਸਾਰਾ ਸਿੱਪੀ ਵਰਕ ਕਰਕੇ ਹੈਵੀ ਲੁੱਕ ਦਿੱਤੀ ਹੋਈ ਹੈ ਗਲੇ ਦੇ ਉੱਤੇ, ਅਤੇ ਪ੍ਰਿੰਟਡ ਸ਼ਰਟ, ਅਤੇ ਨੀਚੇ ਘੇਰੇ 'ਤੇ ਜਾ ਕੇ ਫਿਰ ਇਹਦੇ ਲੇਸ ਲੱਗੀ ਹੋਈ ਹੈ, ਠੀਕ ਹੈ। ਆਹ ਇਹਦਾ ਪ੍ਰਿੰਟਡ ਬੋਟਮ, ਲਾਈਨਿੰਗ ਕਿਸੇ ਨੂੰ ਨਹੀਂ ਲੱਗਣੀ, ਠੀਕ ਹੈ, ਲਾਈਨਿੰਗ ਕਿਸੇ ਵੀ ਸੂਟ ਨੂੰ ਨਹੀਂ ਲੱਗਣੀ। ਅਤੇ ਆਹ ਇਹਦਾ ਤੁਹਾਨੂੰ ਮਿਲੂਗਾ ਜੀ ਪਿਓਰ ਦਾ ਦੁਪੱਟਾ, ਠੀਕ ਹੈ, ਆਹ ਤੁਹਾਨੂੰ ਜਿਹਦੇ ਵਿੱਚ ਇਸ ਤਰ੍ਹਾਂ ਪੇਂਟ ਹੋਇਆ ਹੋਇਆ ਹੈ, ਬ੍ਰੱਸ਼ ਪੇਂਟ ਦਾ ਕੰਮ ਹੋਇਆ ਹੋਇਆ ਵਿੱਚ, ਠੀਕ ਹੈ। ਇਹ ਕਲਾਸ ਆਈਟਮ ਪਹੁੰਚਣੀ ਹੈ, ਅਤੇ ਨਾਲ ਇਹ ਇਹਨੂੰ ਫਾਈਨਲ ਕੀਤਾ ਹੋਇਆ ਲੇਸ ਲਗਾ ਕੇ, ਠੀਕ ਹੈ। ਅਤੇ ਲੈਂਥ ਮੈਂ ਤੁਹਾਨੂੰ ਦੱਸਦੀ ਸਭ ਦੀ ਕਿ 2.25 ਪਲੱਸ ਹੈ, ਮਤਲਬ 2.25 ਤੋਂ ਐਂ ਨਹੀਂ ਕਿ ਥੋੜ੍ਹਾ ਜਿਹਾ ਪਲੱਸ ਹੈ, ਹਾਂ 2.5 ਤੋਂ ਥੋੜ੍ਹਾ ਜਿਹਾ ਘੱਟ ਹੈ, 2.25 ਅਤੇ 2.5 ਦੇ ਵਿੱਚ ਜਿਹੜਾ ਸਨ ਹੈ ਉਹ ਦੱਸਦਾ ਹੈ, ਠੀਕ ਹੈ। ਅਤੇ ਪ੍ਰਾਈਜ਼ ਤੁਹਾਨੂੰ ਇਹਦਾ ਵੀ ਮਿਲਦਾ 2190। ਅਗਲਾ ਡਿਜ਼ਾਈਨ, ਬਹੁਤ ਖੂਬਸੂਰਤ ਆਈਟਮਾਂ ਦੇਣੀਆਂ ਤੁਹਾਨੂੰ, ਦੇਖੋ ਪ੍ਰਿੰਟਿੰਗ ਦੇਖੋ, ਠੀਕ ਹੈ, ਬਹੁਤ ਖੂਬਸੂਰਤ। ਅਤੇ ਉਹਦੇ ਵਿੱਚ ਪਿਓਰ ਕੋਟਨ ਹੋਊਗੀ, ਅਤੇ ਆਹ ਗਲੇ ਦੇ ਉੱਤੇ ਸਾਰਾ ਹੈਂਡਵਰਕ ਹੋਇਆ ਹੈ, ਪਹਿਲਾਂ ਤਾਂ ਫੁੱਲ ਬਣਿਆ ਹੋਇਆ ਬਹੁਤ ਸੋਹਣਾ ਹੈਵੀ, ਫਿਰ ਉਹਦੇ ਉੱਤੇ ਸਾਰਾ ਸਿੱਪੀ ਵਰਕ, ਠੀਕ ਹੈ, ਉੱਪਰ ਤੱਕ ਸਾਰੇ ਦੇ ਵਿੱਚ, ਅਤੇ ਨਾਲ ਲੇਸਿੰਗ ਕਰਕੇ ਉਹਨੂੰ ਫਾਈਨਲ ਕੀਤਾ ਹੋਇਆ। ਅਤੇ ਪ੍ਰਿੰਟਿੰਗ ਤੁਹਾਨੂੰ ਮੈਂ ਅਜੇ ਐਂਡ ਦੇ ਵਿੱਚ ਜਾ ਕੇ ਇਹਨੂੰ ਫਿਰ ਲੇਸ ਲਾਈ ਹੋਈ ਹੈ, ਠੀਕ ਹੈ। ਅਤੇ ਨਾਲ ਤੁਹਾਨੂੰ ਇਹਦੇ ਇਹ ਮਿਲੂਗੀ ਬਾਂਧਨੀ ਪ੍ਰਿੰਟ ਦੀ ਬੋਟਮ, ਠੀਕ ਹੈ, ਇਹਦਾ ਤਾਂ ਫੈਬਰਿਕ ਐਂਡ ਪ੍ਰਿੰਟ ਦੋਨੋਂ ਹੀ ਹੈ, ਠੀਕ ਹੈ। ਅਤੇ ਨਾਲ ਇਹਦਾ ਵੀ ਦੁਪੱਟਾ ਦੇਖਣ ਨੂੰ ਮਾਊ ਜਿਹਾ ਲੱਗਦਾ, ਠੀਕ ਹੈ, ਖੁੱਲ ਜਾਣਾ ਇਹ ਨਹੀਂ, ਜੋ ਤੁਸੀਂ ਇਹਨੂੰ ਪ੍ਰੈਸ ਕਰਨਾ ਨਾ ਖੁੱਲ ਜਾਣਾ ਇਹਨੇ ਪੂਰਾ, ਕਿਉਂਕਿ ਇਹਨੂੰ ਪ੍ਰੈਸ ਕਰਕੇ ਉਵੇਂ ਹੀ ਉਹਨੇ ਛੱਡਿਆ ਹੁੰਦਾ ਉਹਨਾਂ ਨੇ। ਪਰ ਇਹ ਤੁਹਾਨੂੰ ਮੈਂ ਦੱਸਤਾ ਵੀ ਅਸੀਂ ਮਿਲ ਲਏ ਦੁਪੱਟੇ ਜਿਹੜੇ ਹੈ ਉਹ ਤੁਹਾਨੂੰ ਮਿਲਣਗੇ 2.25 ਪਲੱਸ, ਅਤੇ 2.5 ਤੋਂ ਥੋੜ੍ਹੇ ਜਿਹੇ ਘੱਟ। ਆਹ ਇਹਦੀ ਡਿਜ਼ਾਇਨਿੰਗ ਕੀਤੀ ਹੋਈ ਹੈ ਸੇਮ ਫੈਬਰਿਕ ਦੀ, ਠੀਕ ਹੈ, ਇੱਧਰ ਲਟਕਣਾ ਲੱਗੀਆਂ ਹੋਈਆਂ, ਇੱਧਰ ਵੀ ਲੱਗੀਆਂ ਹੋਈਆਂ, ਠੀਕ ਹੈ। ਅਤੇ ਪ੍ਰਾਈਸ ਮਿਲ ਰਿਹਾ, ਹਾਂ 2290 ਰੁਪਏ, ਇਹ 2290 ਦਾ ਹੋਊਗਾ, ਠੀਕ ਹੈ ਜੀ। ਲਓ ਜੀ ਇਹਦੇ 'ਚ ਅਗਲਾ ਕਲਰ ਦੇਖ ਲਓ, ਠੀਕ ਹੈ, ਲਓ ਫੈਬਰਿਕ ਦੀ ਚਿੰਤਾ ਤੁਸੀਂ ਬਿਲਕੁਲ ਨਹੀਂ ਕਰਨੀ, ਭਾਵੇਂ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖ ਰਹੇ ਹੋ, ਇਹ ਕਲਾਸ ਆਈਟਮ ਆਊਗੀ ਤੁਹਾਡੇ ਕੋਲ, ਜੋ ਅਸੀਂ ਦਿਖਾ ਰਹੇ ਹਾਂ ਜੋ ਦੱਸ ਰਹੇ ਹਾਂ ਉਹੀ ਹੋਊਗੀ, ਠੀਕ ਹੈ। ਆ ਲਓ ਜੀ ਆਹ ਦੇਖੋ ਇਹਦਾ ਖੂਬਸੂਰਤ ਵਰਕ ਵਾਲਾ ਫੁੱਲ ਗਲੇ ਦੇ ਉੱਤੇ, ਗਰਮੀਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਬਣੀਆਂ ਹੋਈਆਂ ਗਲੇ ਵਾਲੀਆਂ, ਅੱਜ ਕੱਲ੍ਹ ਚੱਲ ਵੀ ਰਹੀਆਂ ਗਲੇ ਦੇ ਉੱਤੇ ਪੈਚ ਵਾਲੀਆਂ। ਅਤੇ ਆਹ ਤੁਹਾਨੂੰ ਮਿਲੂ ਇਹਦਾ ਬੋਟਮ ਜਿਹੜਾ ਕਿ 2.5 ਮੀਟਰ ਹੋਊਗਾ, ਵਿਦਆਊਟ ਲਾਈਨਿੰਗ ਬਣਨਗੇ, 100% ਕੋਟਨ ਹੋਊਗੀ। ਅਤੇ ਆਹ ਇਹਦਾ ਦੁਪੱਟਾ, ਠੀਕ ਹੈ, ਆਹ ਇਹਦਾ ਉਹੀ ਸੇਮ ਹੀ ਹੈ, ਸੇਮ ਖੁੱਲ ਕੇ ਐਡਾ ਹੋ ਜਾਣਾ, ਠੀਕ ਹੈ ਜੀ। ਅਤੇ ਲੈਂਥ ਮਿਲੂਗੀ ਤੁਹਾਨੂੰ 2.25 ਪਲੱਸ, 2.5 ਤੋਂ ਥੋੜ੍ਹੀ ਜਿਹੀ ਘੱਟ। ਪ੍ਰਾਈਸ ਮਿਲ ਰਿਹਾ ਇਹ ਸੂਟ ਦਾ 2290। ਅਗਲਾ ਦੇਖੋ, ਲਓ ਗਲੇ ਦੇ ਉੱਤੇ ਇਸ ਤਰ੍ਹਾਂ ਦੀ ਵਰਕ ਵਾਲੀਆਂ ਲੇਸਿਸ ਲੱਗੀਆਂ ਹੋਈਆਂ, ਅਤੇ ਫਿਰ ਆਹ ਫਾਲਸ ਮਿਰਰ ਦੀ ਲੇਸ ਹੈ ਇੱਕ ਵਿੱਚ, ਠੀਕ ਹੈ, ਫਿਰ ਆਸੇ ਪਾਸੇ ਪੱਟੀ ਲਗਾ ਕੇ ਉਹਦੇ ਉੱਤੇ ਸਿਣਾਈਆਂ ਮਾਰੀਆਂ ਨੂੰ ਪਤਾ ਨਹੀਂ ਕੀ ਕਹਿੰਦੇ ਆ, ਅਤੇ ਨਾਲ ਆਹ ਲੇਸ ਲੱਗੀ ਹੋਈ ਹੈ, ਬਹੁਤ ਸੋਹਣਾ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਗਲੇ ਦੇ ਉੱਤੇ ਪੈਚ ਨਾਲ, ਅਤੇ ਨੀਚੇ ਘੇਰੇ ਦੇ ਉੱਤੇ ਤੁਹਾਨੂੰ ਇਹ ਇਸ ਤਰ੍ਹਾਂ ਮਿਲ ਰਿਹਾ, ਨਾਲ ਤੁਹਾਨੂੰ ਇਹਦਾ ਇਹ ਬੋਟਮ ਮਿਲ ਰਿਹਾ ਜਿਹੜਾ ਕਿ 2.5 ਦਾ ਕੱਟ ਹੋਊਗਾ, ਅਤੇ ਇਹਦਾ ਦੁਪੱਟੇ 'ਤੇ ਬਹੁਤ ਜ਼ੋਰ ਲਾਇਆ ਹਰਮਨੀ। ਲਓ ਜੀ ਦੁਪੱਟਾ ਬਹੁਤ ਪਿਆਰਾ ਹੈ, ਦੇਖੋ ਬਹੁਤ ਸੋਹਣੀ ਲੁੱਕ ਦੇ ਵਿੱਚ ਦੁਪੱਟਾ ਰੈਡੀ ਕੀਤਾ, ਕੋਟਨ ਦਾ ਇਹਦਾ ਦੁਪੱਟਾ, ਪਿਓਰ ਕੋਟਨ ਦਾ ਹੋਊਗਾ। ਅਤੇ ਆਹ ਤੁਹਾਨੂੰ ਗੋਟਾ ਪੱਤੀ
ਦੇਖੋ ਹੈ ਵੀ ਗੋਟਾ ਪੱਤੀ ਸਾਰੇ ਦੁਪੱਟੇ ਦੇ ਵਿੱਚ ਹੋਈ ਵੀ ਹੈ, ਠੀਕ ਹੈ। ਬਹੁਤ ਖੂਬਸੂਰਤ ਫੋਰ ਸਾਈਡ ਹੈ ਨਾਲੇ ਆਹ, ਠੀਕ ਹੈ। ਤੇ ਇਹ ਤੁਹਾਨੂੰ ਖੂਬਸੂਰਤ ਦੁਪੱਟਾ ਇਹਦੇ ਨਾਲ ਮਿਲਣਾ, ਤੇ ਪ੍ਰਾਈਸ ਮਿਲਣਾ ਤੁਹਾਨੂੰ ਇਹਦਾ ਵੀ 2250 ਦੇ ਵਿੱਚ ਸੂਟ ਤੁਹਾਡੇ ਘਰ ਆ ਜਾਣਾ। ਲਓ ਜੀ ਅਗਲਾ ਦੇਖਦੇ ਹਾਂ। ਅੱਜ ਹੈ ਸਾਰੇ ਜੈਪੁਰੀ ਕੋਟਨ ਦੇ, ਠੀਕ ਹੈ। ਮੈਂ ਤਾਂ ਵਾਰ ਵਾਰ ਰਿਪੀਟ ਨਹੀਂ ਕਰਦੀ, ਪੂਰੀ ਵੀਡੀਓ ਜੈਪੁਰੀ ਕੋਟਨ ਹੈ। ਜੇ ਕੋਈ ਚੇਂਜ ਹੋਈ ਤਾਂ ਮੈਂ ਤੁਹਾਨੂੰ ਅੱਗੇ ਜਾ ਕੇ ਦੱਸ ਦੂੰਗੀ। ਲਓ ਜੀ ਦੇਖੋ, ਹੈਵੀ ਹੈਂਡ ਵਰਕ, ਬਹੁਤ ਖੂਬਸੂਰਤ ਕੰਮ ਹੈਗਾ, ਬਹੁਤ ਖੂਬਸੂਰਤ। ਮਤਲਬ ਤੁਹਾਨੂੰ ਹੋਰ ਕੁਛ ਲੱਭਣ ਦੀ ਲੋੜ ਨਹੀਂ, ਜੇ ਤੁਸੀਂ ਗਰਮੀਆਂ 'ਚ ਫੈਬਰਿਕ ਵਰਕ ਵਾਲਾ ਪਾਉਣਾ ਅਤੇ ਪਾਰਟੀ ਵੀਅਰ, ਤਾਂ ਇਹ ਜਿਹੜੀ ਜੈਪੁਰੀ ਕੋਟਨ ਹੁੰਦੀ ਹੈ ਨੋਰਮਲ ਕੋਟਨ ਤੋਂ ਸੁਪੀਰੀਅਰ ਹੁੰਦੀ ਹੈ ਕਾਫੀ, ਠੀਕ ਹੈ। ਜੇ ਪਹਿਲਾਂ ਤੁਸੀਂ ਕਿਸੇ ਨੇ ਨਹੀਂ ਯੂਜ਼ ਕੀਤੀ ਹੁੰਦੀ, ਅਤੇ ਨਾਲ ਇਹਦੇ ਦੇਖੋ ਤੁਸੀਂ ਹੈਵੀ ਵਰਕ, ਐਕਸਪਲੇਨ ਕਰਨ ਦੀ ਵੀ ਲੋੜ ਨਹੀਂ ਗੀ, ਪੂਰਾ ਖੂਬਸੂਰਤ ਦਬਕੇ ਦਾ, ਪਰਲਸ ਦਾ ਅਤੇ ਸਿੱਪੀ ਦਾ ਪਲੱਸ ਕਟਦਾਣੀ ਦਾ ਸਾਰਾ ਕੰਮ ਹੋਇਆ ਹੋਇਆ ਨਾਲ ਥਰੈਡ ਵਰਕ, ਠੀਕ ਹੈ, ਹੈਵੀ ਵਰਕ ਪੂਰਾ। ਅਤੇ ਆਹ ਦੇਖੋ ਖੂਬਸੂਰਤ ਇਹਦਾ ਬੋਟਮ 2.5 ਮੀਟਰ, ਅਤੇ ਇਹਦਾ ਦੁਪੱਟਾ ਤੁਹਾਨੂੰ ਦਿਖਾ ਦਿਆ ਉਹਨੇ। ਲਓ ਜੀ ਬਿਊਟੀਫੁੱਲ ਬਿਊਟੀਫੁੱਲ ਦੁਪੱਟਾ ਇਹਦਾ, ਬਿਊਟੀਫੁੱਲ ਭੈਣ ਜੀ ਕਹਿੰਦੀ ਬਿਊਟੀਫੁੱਲ ਹੈ। ਲਓ ਜੀ ਮੈਂ ਜਸਟ ਬਿਊਟੀਫੁੱਲ ਕਹਿੰਦੀ ਹਾਂ, ਕਹਿੰਦੀ ਬਿਊਟੀਫੁੱਲ ਹੈ। ਇਹ ਵੱਡੇ ਆ ਨਾ, ਫਿਰ ਇਹ ਜਸਟ ਬਿਊਟੀਫੁੱਲ ਦੀ ਵੀ ਲੋੜ ਨਹੀਂ ਗੀ, ਠੀਕ ਹੈ। ਇਹਨਾਂ ਦੇ ਆ ਲਓ ਆਹ ਪ੍ਰਿੰਟ ਹੈ ਇਹਦੇ ਉੱਤੇ, ਠੀਕ ਹੈ। ਜਦੋਂ ਆਪਾਂ ਇਹਨੂੰ ਖਿੱਚਾਂਗੇ, ਹੁਣ ਮੈਂ ਦੱਸਿਆ ਹੀ ਹੈ ਵੀ ਇਹਨੇ ਪੂਰਾ ਆਪਣੀ ਚੌੜਾਈ ਲੈ ਲੈਣੀ ਹੈ। ਲਓ ਆਹ ਚੌੜਾਈ ਆ ਜਾਣੀ ਹੈ, ਠੀਕ ਹੈ। ਹਾਫ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਇਹਨੂੰ ਨਾਲ, ਠੀਕ ਹੈ, ਖੂਬਸੂਰਤ। ਅਤੇ ਪ੍ਰਿੰਟਿੰਗ ਤੁਸੀਂ ਦੱਸਿਆ ਹੀ, ਦੇਖਿਆ ਹੀ ਤੁਸੀਂ ਵੀ ਖੁੱਲ੍ਹ ਕੇ ਆਹ ਪ੍ਰਿੰਟਿੰਗ ਆਊਗੀ, ਠੀਕ ਹੈ। ਅਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਇਸ, ਅੱਛਾ ਗੋਟਾ ਵੀ ਲੱਗਿਆ ਹੋਇਆ ਫੋਰ ਸਾਈਡ ਨਾਲ, ਠੀਕ ਹੈ। ਅਤੇ ਪ੍ਰਾਈਸ ਮਿਲਣਾ ਤੁਹਾਨੂੰ ਇਸ ਖੂਬਸੂਰਤ ਸੂਟ ਦਾ 2390 ਰੁਪਏ 2390 'ਚ ਹੈਂਡ ਵਰਕ ਦਾ, ਹੈਵੀ ਹੈਂਡ ਵਰਕ ਦਾ ਸੂਟ ਤੁਹਾਡੇ ਘਰ ਪਹੁੰਚ ਜਾਣੇ, ਠੀਕ ਹੈ। ਐਂਡ 'ਤੇ ਇਹਦੇ ਇਸ ਤਰ੍ਹਾਂ ਪੱਟੀ ਲਾ ਕੇ ਡਬਲ ਗੋਟਾ ਲੱਗਿਆ ਹੋਇਆ, ਠੀਕ ਹੈ, ਬਾਟਮ ਨਾਲ ਦੀ ਪੱਟੀ। ਹਾਂ, ਅਤੇ ਹੁਣ ਤੁਹਾਨੂੰ ਇਹਦਾ ਕਲਰ ਦਿਖਾ ਦਿੰਦੇ ਹਾਂ। ਲਓ ਜੀ ਅਗਲਾ ਆ ਗਿਆ ਮਸਟਰਡ ਕਲਰ, ਉਹ ਸੀਗਾ ਕਾਜਰੀ ਪਿੰਕ ਜਿਹਾ, ਅਤੇ ਇਹ ਹੈਗਾ ਮਸਟਰਡ। ਬਹੁਤ ਹੈਵੀ ਵਰਕ ਹੋਇਆ ਵਾ, ਬਹੁਤ ਸੋਹਣਾ ਸੂਟ ਹੈ। ਗਰਮੀਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਸਾਨੂੰ ਲੱਭਦੀਆਂ ਨਹੀਂ ਹੁੰਦੀਆਂ, ਵੀ ਕੋਟਨ ਵੀ ਹੋਵੇ, ਸੌਖੇ ਵੀ ਰਹੀਏ ਅਤੇ ਡਿਜ਼ਾਈਨਿੰਗ ਸਟਾਈਲ ਵੀ ਹੋਵੇ। ਲਓ ਜੀ ਦੇਖੋ, ਜਸਟ ਪਿੱਕ ਸੂਟ ਨੇ ਇਹ ਸਾਰੇ, ਅਤੇ ਆਹ ਤੁਹਾਨੂੰ ਮਿਲ ਰਿਹਾ ਇਹਦੇ ਨਾਲ ਦੁਪੱਟਾ, ਠੀਕ ਹੈ। ਪ੍ਰਾਈਸ ਮਿਲ ਰਿਹਾ 2390 ਰੁਪਏ, ਠੀਕ ਹੈ ਜੀ। ਇੱਕ ਹੋਰ ਗਲੇ 'ਤੇ ਵਰਕ ਵਾਲਾ ਸੂਟ ਦਿੰਦੇ ਹਾਂ ਤੁਹਾਨੂੰ, ਖੁੱਲ ਗਿਆ। ਪਿਓਰ ਕੋਟਨ ਵਿਦਆਊਟ ਲਾਈਨਿੰਗ, ਤੁਸੀਂ ਦੇਖੋ ਵੀ 2000 ਦੇ ਆਸ ਪਾਸ, 2100-2200 ਦੇ ਆਸ ਪਾਸ ਤੁਹਾਡਾ ਸੂਟ ਜਿਹੜਾ ਉਹ ਹੈਂਡ ਵਰਕ ਦਾ ਸੂਟ ਤੁਹਾਨੂੰ ਮਿਲ ਜਾਣਾ ਗਰਮੀਆਂ 'ਚ ਪਾਉਣ ਲਈ, ਠੀਕ ਹੈ। ਵਿਦਆਊਟ ਲਾਈਨਿੰਗ ਬਣਾਉਣਾ, ਕੋਈ ਖਰਚਾ ਨਹੀਂ ਕਰਨਾ। ਲਓ ਜੀ ਦੇਖੋ ਫਿਰ 20 ਗਲੇ ਦੇ ਵਿੱਚ ਬਣਿਆ ਹੋਇਆ, ਸਿੱਪੀ ਵਰਕ, ਦਬਕਾ ਅਤੇ ਨੋਟ ਵਰਕ ਹੋਇਆ ਹੋਇਆ, ਨਾਲ ਪਰਲਸ ਦਾ ਕੰਮ ਵੀ ਹੋਇਆ ਹੋਇਆ, ਠੀਕ ਹੈ। ਅਤੇ ਤੁਹਾਨੂੰ ਇਹ 20 ਗਲਾ ਬਣਿਆ ਹੋਇਆ ਇਹਦਾ, ਅਤੇ ਨਾਲ ਲਾਈਨਸ ਦੇ ਪ੍ਰਿੰਟ ਦੇ ਨਾਲ, ਅਤੇ ਬੇਸ 'ਤੇ ਜਾ ਕੇ ਤੁਹਾਡੇ ਕੋਲ ਘੇਰੇ ਵਾਸਤੇ ਇਹ ਫਾਈਨਲ ਟੱਚ ਦਿੱਤਾ ਸਲਵਾਰ ਨਾਲ ਦਾ। ਆਹ ਇਹਦੀ ਪ੍ਰਿੰਟਡ ਸਲਵਾਰ ਹੈ ਜਿਹੜੀ ਇਹਨੂੰ ਸਟਾਈਲਿਸ਼ ਬਣਾ ਦਿੰਦੀ ਹੈ। ਅਤੇ ਨਾਲ ਤੁਹਾਨੂੰ ਮਿਲ ਰਿਹਾ ਇਹ ਦੁਪੱਟਾ, ਠੀਕ ਹੈ। ਇਹ ਦੁਪੱਟੇ ਖੁੱਲ੍ਹੇ ਹੋਏ ਹੋਏ ਨੇ, ਮਤਲਬ ਸਹੀ ਕੀਤੇ ਹੋਏ ਨੇ ਉਹਨਾਂ ਦੇ, ਠੀਕ ਹੈ। ਅਤੇ ਇਹ ਤੁਹਾਨੂੰ ਦੁਪੱਟਾ ਮਿਲੂਗਾ ਪਿਓਰ ਦਾ, ਠੀਕ ਹੈ। ਅਤੇ ਆਹ ਇਹਦੇ 'ਤੇ ਡਿਜ਼ਾਈਨਿੰਗ ਹੋਈ, ਠੀਕ ਹੈ। ਬਹੁਤ ਸੋਹਣੀਆਂ ਲਟਕਣਾਂ ਲੱਗੀਆਂ ਹੋਈਆਂ, ਥੋੜ੍ਹੀਆਂ ਜਿਹੀਆਂ ਨਹੀਂ, ਪ੍ਰੋਪਰ ਲਟਕਣਾਂ ਲੱਗੀਆਂ ਹੋਈਆਂ ਮੋਤੀਆਂ ਵਾਲੀਆਂ, ਅਤੇ ਨਾਲ ਫੈਬਰਿਕ ਬੋਟਮ ਨਾਲ ਦਾ। ਅਤੇ ਪ੍ਰਾਈਸ ਮਿਲੂਗਾ ਤੁਹਾਨੂੰ ਇਹਦਾ 1950 ਦੇ ਵਿੱਚ, ਖੂਬਸੂਰਤ ਸੂਟ ਤੁਹਾਡੇ ਘਰ ਪਹੁੰਚ ਜਾਣਾ। ਅਗਲਾ ਦਿੰਦੇ ਹਾਂ ਤੁਹਾਨੂੰ
ਜਸਟ ਪਿੱਕ ਸੂਟ ਹੈ, ਗਰਲਿਸ਼ ਲੁੱਕ ਪੂਰੀ ਤਰ੍ਹਾਂ ਤੇ ਪੂਰੀ ਤਰ੍ਹਾਂ ਕੋਟਨ। ਠੀਕ ਹੈ, ਲਓ ਜੀ ਗਲੇ ਤੇ ਪੂਰਾ ਹੈਵੀ ਵਰਕ ਦੇਖੋ, ਪੂਰਾ ਹੈਵੀ ਵਰਕ ਹੋਇਆ ਹੋਇਆ, ਮਤਲਬ ਤੁਹਾਨੂੰ ਆਰਾਮ ਨਾਲ ਤੁਸੀਂ ਪਾਰਟੀ ਵੀਅਰ ਦੇ ਤੌਰ ਤੇ ਇਹਨੂੰ ਯੂਜ਼ ਕਰ ਸਕਦੇ ਹੋ। ਠੀਕ ਹੈ, ਦਬਕੇ ਦਾ ਕੰਮ ਹੈ, ਪਰਸ ਦਾ ਕੰਮ ਹੈ, ਕਟਦਾਨ ਹੈ, ਠੀਕ ਹੈ, ਤੇ ਨਾਲ ਥਰੈਡ ਵਰਕ ਹੈ, ਨੋਟ ਵਰਕ ਹੈ, ਤੇ ਇਹਦੇ ਜਿਹੜੇ ਮਿਰਰ ਲੱਗੇ ਹੋਏ ਨੇ ਛੋਟੇ ਮਿਰਰ, ਉਹ ਇਹਨੂੰ ਬਹੁਤ ਖੂਬਸੂਰਤ ਲੁੱਕ ਦੇ ਰਹੇ ਨੇ, ਪੂਰਾ ਐਨ ਲਸ਼ ਲਸ਼ ਕਰਦਾ ਸੂਟ। ਠੀਕ ਹੈ, ਹੈਵੀ ਵਰਕ ਹੋਇਆ ਵੇ ਗਲੇ ਦੇ ਉੱਤੇ, ਠੀਕ ਹੈ, ਤੇ ਨਾਲ ਫਾਈਨਲ ਕੀਤਾ ਇਹਨੂੰ। ਇਹਦੇ ਵਿੱਚ ਨਾ ਇੱਕ ਸਾਰੇ ਸੂਟ ਦੇ ਵਿੱਚ ਆ ਵੀ ਹੈ ਆਹ ਮਟੈਲਿਕ ਥਰੈ ਉਹ ਦਾਣੀ ਜੀ, ਤੇ ਨਾਲ ਆਹ ਤੁਹਾਨੂੰ ਫਾਈਨਲ ਕੀਤਾ ਗੁੱਟ ਲੇਸ ਨਾਲ। ਠੀਕ ਹੈ, ਤੇ ਹੁਣ ਮੈਂ ਤੁਹਾਨੂੰ ਇਹਦਾ ਦਿੰਦੀ ਹੈ ਬੋਟਮ, ਰਾਣੀ ਸ਼ੇਡ ਦਾ ਲਹਿਰੀ ਦੇ ਪ੍ਰਿੰਟ ਦਾ ਸੂਟ, ਤੇ ਲਹਿਰੀ ਦੇ ਪ੍ਰਿੰਟ ਦਾ ਹੀ ਦੁਪੱਟਾ ਦੁਪੱਟਾ। ਠੀਕ ਹੈ, ਹਾਫ ਪਿਓਰ ਦਾ ਦੁਪੱਟਾ ਹੋਊਗਾ ਇਹਦਾ, ਤੇ ਨਾਲ ਤੁਹਾਨੂੰ ਇਹਦੇ ਆਹ ਗੋਲੀਆਂ ਜਿਹੀਆਂ ਲੱਗੀਆਂ ਮਿਲਣਗੀਆਂ। ਇਹਦਾ ਪ੍ਰਾਈਸ ਹੋਊਗਾ ਮਿਲੂਗਾ 2050 ਦੇ ਵਿੱਚ ਸੂਟ ਤੁਹਾਡੇ ਘਰ। ਲਓ ਜੀ ਇੱਕ ਹੋਰ ਖੂਬਸੂਰਤ ਸੂਟ, ਬਹੁਤ ਜ਼ਿਆਦਾ ਪਿਆਰਾ ਹੈ, ਬਹੁਤ ਜ਼ਿਆਦਾ ਪਿਆਰਾ, ਫੈਬਰਿਕ ਬਹੁਤ ਸੋਹਣਾ ਆਉਣ ਵਾਲਾ ਤੁਹਾਡੇ ਕੋਲ। ਠੀਕ ਹੈ, ਲਓ ਜੀ ਦੇਖੋ ਅੰਗਰੱਖਾ ਸਟਾਈਲ ਦੇ ਵਿੱਚ ਪਹਿਲਾਂ ਤਾਂ ਇਹਨੂੰ ਰੈਡੀ ਕੀਤਾ, ਤੇ ਫਿਰ ਇਹਦੇ ਉੱਪਰ ਪਰਲਸ ਦਾ ਕੰਮ ਹੈ, ਤੇ ਨਾਲ ਸਿੱਪੀ ਦਾ ਕੰਮ ਹੈ, ਬਹੁਤ ਖੂਬਸੂਰਤ ਪੂਰਾ ਐਨ ਪ੍ਰੋਪਰ ਲਸ਼ ਲਸ਼ ਕਰਦਾ ਸੂਟ। ਤੇ ਆਹ ਜਿਹੜਾ ਅੰਗਰੱਖਾ ਸਟਾਈਲ ਦੇ ਵਿੱਚ ਬਣਾਇਆ ਇਹਨੇ ਇਹਨੂੰ ਬਹੁਤ ਖੂਬਸੂਰਤ ਸਟਾਈਲ ਦਿੱਤਾ, ਮਤਲਬ ਤੁਸੀਂ ਡਿਜ਼ਾਇਨਿੰਗ ਕਰਾਉਣ ਦਾ ਤੁਹਾਡਾ ਕੋਈ ਫਿਕਰ ਨਹੀਂ, ਤੁਸੀਂ ਸਿਰਫ ਟੇਲਰ ਨੂੰ ਕਰਾਉਣਾ, ਤੇ ਅਨੀਅਨ ਜੀ ਟੋਨ ਦੇ ਉੱਤੇ ਇਹਦਾ ਕਲਰ ਹੈ। ਠੀਕ ਹੈ, ਤੇ ਆਹ ਤੁਹਾਨੂੰ ਮਿਲੂ ਇਹਦੀ ਬੋਟਮ ਲਾਈਨਸ ਵਾਲੀ, ਲਾਈਨਸ ਵਾਲੀ, ਠੀਕ ਹੈ, ਜਿਹੜੀ ਕਿ 2.5 meter ਹੋਊਗੀ। ਠੀਕ ਹੈ, ਤੇ ਇਹਦਾ ਘੇਰੇ ਦੇ ਉੱਤੇ ਲੇਸ ਹੋਊਗੀ। ਠੀਕ ਹੈ, ਤੇ ਨਾਲ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਦੁਪੱਟਾ, ਦਿਖਾਉਂਦੇ ਹਾਂ ਖੋਲ੍ਹ ਕੇ ਇਹਦਾ ਦੁਪੱਟਾ, ਬਹੁਤ ਸੋਹਣਾ ਡਾਈ ਹੋਇਆ ਇਹਦਾ। ਲਓ ਜੀ ਪਿਓਰ ਦੇ ਦੁਪੱਟੇ ਨਾਲ ਖੁੱਲ੍ਹਾ ਵਰ ਪੂਰਾ ਐਨ, ਅਤੇ ਨਾਲ ਟਾਈ ਡਾਈ ਬਹੁਤ ਸੋਹਣੀ ਹੋਈ ਦੋਨੋਂ ਰੰਗ ਯੂਜ਼ ਕਰਕੇ। ਠੀਕ ਹੈ, ਪੱਟੀਆਂ ਜੀ ਬਣੀਆਂ ਹੋਈਆਂ, ਅਤੇ ਨਾਲ ਇਹ ਇਹ ਵਾਲੀਆਂ ਪੱਟੀ ਲਾ ਕੇ ਤਿਆਰ ਕੀਤਾ ਦੁਪੱਟਾ। ਪ੍ਰਾਈਸ ਮਿਲੂਗਾ ਤੁਹਾਨੂੰ 2050 ਗਰਮੀ ਚ ਤਾਂ ਬੈਸਟ ਆਈਟਮ ਹੈ, ਸੋਚਣ ਦੀ ਲੋੜ ਨੀ। ਦੇਖੋ ਤੁਸੀਂ ਐਨ ਪ੍ਰੋਪਰ ਸੂਟ ਰੈਡੀ ਹੋਇਆ ਹੋਇਆ, ਪ੍ਰਿੰਟਿੰਗ ਬਹੁਤ ਸੋਹਣੀ ਹੋਈ ਹੋਈ ਹੈ ਸਰਦਾਰੀ ਲੁੱਕ ਦੀ। ਠੀਕ ਹੈ, ਤੇ ਨਾਲ ਖੂਬਸੂਰਤ ਦੁਪੱਟਾ। ਪ੍ਰਾਈਸ ਮਿਲ ਰਿਹਾ 2050 ₹2050 ਜੈਪੁਰੀ ਕੋਟਨ, ਨੋਰਮਲ ਕੋਟਨ ਤੋਂ ਜ਼ਿਆਦਾ ਸੋਹਣੀ ਹੁੰਦੀ ਹੈ। ਲਓ ਜੀ ਦੇਖੋ ਇਹਦੇ ਵਿੱਚ ਵੀ ਪੂਰਾ ਇਹ ਚ ਓਰੀਜਨਲ ਮਿਰਰ ਹੈ। ਠੀਕ ਹੈ, ਮਿਰਰ ਓਰੀਜਨਲ ਹੈ, ਪ੍ਰੋਪਰ ਲਸ਼ ਲਸ਼ ਕਰਦੇ ਬਟਨ ਲੱਗੇ ਹੋਏ ਨੇ। ਠੀਕ ਹੈ, ਤੇ ਹੇਠਾਂ ਓਰੀਜਨਲ ਲੇਸ ਕੋਟਨ ਵਾਲੀ ਰੱਖ ਕੇ ਉਹਦੇ ਉੱਤੇ ਵਰਕ ਹੋਇਆ ਹੋਇਆ, ਇਹ ਸਾਰਾ ਵਰਕ ਹੋਇਆ ਹੋਇਆ। ਠੀਕ ਹੈ, ਤੇ ਬੋਲਡ ਪ੍ਰਿੰਟ ਨੇਵੀ ਬਲੂ ਦੇ ਉੱਪਰ। ਠੀਕ ਹੈ, ਤੇ ਇਹ ਫਾਈਨਲ ਕੀਤਾ ਇਹਨੂੰ ਲੇਸ ਲਗਾ ਕੇ, ਤੇ ਇਹ ਤੁਹਾਨੂੰ ਮਿਲੂਗੀ ਇਹਦੇ ਨਾਲ ਕੋਟਨ ਦੀ ਹੀ ਬੋਟਮ, ਇਹ ਤੁਹਾਨੂੰ ਮਿਲੂਗਾ ਇਹਦਾ ਦੁਪੱਟਾ, ਦੁਪੱਟੇ ਦੇ ਲੜਾਂ ਦੇ ਉੱਤੇ ਇੱਥੋਂ ਤੁਸੀਂ ਚੜਾਈ ਦਾ ਅੰਦਾਜ਼ਾ ਲਾ ਲਓ। ਠੀਕ ਹੈ, ਆਹ ਲੜਾਂ ਦੇ ਉੱਤੇ ਇਹਦੇ ਇਸ ਤਰ੍ਹਾਂ ਦੀ ਲੇਸ ਜਿਹੋ ਜਿਹੀ ਗਲੇ 'ਤੇ ਲੱਗੀ ਹੈ, ਅਤੇ ਵਿੱਚ ਤੁਹਾਨੂੰ ਇਹ ਵਾਲਾ ਡਾਈ। ਠੀਕ ਹੈ, ਅਤੇ ਹਾਫ ਪਿਓਰ ਦਾ ਦੁਪੱਟਾ, ਪ੍ਰਾਈਸ ਮਿਲੂਗਾ ਇਹਦਾ ਤੁਹਾਨੂੰ 1990 'ਚ ਸੂਟ ਤੁਹਾਡੇ ਘਰ ਆ ਜਾਣਾ।
ਲਓ ਜੀ ਅਗਲਾ ਡਿਜ਼ਾਈਨ ਖੋਲਦੇ ਹਾਂ। ਲਓ ਦੇਖੋ ਗਲੇ ਦੇ ਉੱਤੇ ਬਹੁਤ ਪਿਆਰਾ ਇੱਕ ਤਾਂ ਆਹ ਕਟਾਂ ਜਿਹੇ ਬਣਾ ਕੇ ਡਿਜ਼ਾਈਨ ਬਣਾਇਆ, ਉਹਦੇ ਵਿੱਚ ਪਰਲਸ ਦਾ ਕੰਮ ਹੈ, ਤੇ ਆਹ ਵੀ ਜਿਹੜਾ ਸਾਰਾ ਕੰਮ ਕੀਤਾ ਹੈ ਨੋਟਵਰਕ ਤੇ ਸਿੱਪੀ ਦਾ ਗਲੇ ਦੇ ਉੱਤੇ, ਠੀਕ ਹੈ। ਪਾਈਪਿੰਗ ਵੀ ਕੱਢੀ ਹੋਈ ਹੈ ਤੇ ਨਾਲ ਇਹਦੇ ਲੇਸਿੰਗ ਕੀਤੀ ਹੋਈ ਹੈ, ਠੀਕ ਹੈ। ਤੇ ਨਾਲ ਘੇਰੇ ਦੇ ਉੱਤੇ ਵੀ ਲੇਸ ਦੇ ਰਹੀ ਹੈ, ਫੋਇਲ ਪ੍ਰਿੰਟਿੰਗ, ਹਾਂ ਵਿੱਚ ਇਹਦੇ ਫੋਇਲ ਪ੍ਰਿੰਟਿੰਗ ਵੀ ਹੋਈ ਵੀ ਹੈ ਸਾਰੀ ਸ਼ਰਟ ਦੇ ਵਿੱਚ, ਠੀਕ ਹੈ। ਤੇ ਪ੍ਰਿੰਟਿੰਗ ਬਹੁਤ ਸੋਹਣੀ ਸ਼ਰਟ ਦੀ, ਤੇ ਇਹ ਤੁਹਾਨੂੰ ਮਿਲਣਾ ਹੈ ਬੋਟਮ, ਠੀਕ ਹੈ। ਤੇ ਇਹ ਤੁਹਾਨੂੰ ਮਿਲੂ ਇਹਦਾ ਦੁਪੱਟਾ, ਦੇਖੋ ਫਿਰ ਉਹੀ ਸੀਨ ਹੈ ਇਹ, ਦੇਖੋ ਖੁੱਲ ਕੇ ਇਹਦੇ ਚੋਂ ਆਹ ਡਿਜ਼ਾਈਨ ਨਿਕਲਣਾ ਹੈ ਆਹ ਵਾਲਾ, ਠੀਕ ਹੈ। ਤੇ ਆਹ ਤੁਹਾਨੂੰ ਮਿਲੂ ਇਹਦਾ ਹਾਫ ਪਿਓਰ ਦਾ ਦੁਪੱਟਾ, ਆਹ ਇਹਨੂੰ ਲੇਸਿੰਗ ਲਾ ਕਰਕੇ ਨਾ ਫਿਰ ਇਹਦੇ ਆਹ ਪਰਲਸ ਲਗਾ ਕੇ ਫਿਰ ਬਣਾਇਆ ਇਹਨੂੰ, ਅਤੇ ਇੱਦਾਂ ਇਹ ਤੁਹਾਨੂੰ ਦੋਨੋਂ ਸਾਈਡ 'ਤੇ ਮਿਲਣਗੇ, ਠੀਕ ਹੈ। ਸਵਾ ਦੋ ਪਲੱਸ ਦੁਪੱਟਾ ਹੋਊਗਾ ਹਾਫ ਪਿਓਰ ਦਾ, ਅਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ 1860, ਇਹਦਾ ਪ੍ਰਾਈਸ ਮਿਲੂਗਾ 1860 ਦੇ ਵਿੱਚ ਸੂਟ ਤੁਹਾਡੇ ਘਰ। ਫੈਬਰਿਕ ਬਹੁਤ ਸੋਹਣਾ, ਮਿਸ ਕਰਨ ਵਾਲੀ ਆਈਟਮ ਨਹੀਂ ਹੈ, ਤੁਸੀਂ ਜੇ ਨਹੀਂ ਕਦੇ ਕੋਟਨ ਇਹ ਵਾਲੀ ਪਾ ਕੇ ਦੇਖੀ ਤਾਂ ਦੇਖੋ, ਬਾਕੀ ਬਹੁਤ ਪਿਆਰੀ ਆਈਟਮ ਆਊਗੀ ਤੁਹਾਡੇ ਕੋਲ। ਲਓ ਜੀ ਅਗਲਾ ਕਲਰ ਦੇਖ ਲਓ ਸੇਮ ਦਾ, ਠੀਕ ਹੈ ਸੇਮ ਚੀਜ਼ ਹੈ, ਉਹਦਾ ਹੀ ਕਲਰ ਹੈ, ਠੀਕ ਹੈ। ਗਲੇ 'ਤੇ ਡਿਜ਼ਾਇਨਿੰਗ ਸਾਰੀ ਕੀਤੀ ਹੈ, ਬਸ ਤੁਸੀਂ ਗਲਾ ਹੀ ਬਣਾਉਣਾ, ਹੋਰ ਕੁਛ ਨਹੀਂ ਕਰਨਾ। ਅਤੇ ਇਹ ਤੁਹਾਨੂੰ ਮਿਲ ਰਿਹਾ ਇਹਦਾ ਬੋਟਮ, ਆਹ ਸੇਮ ਉਹੀ ਚੀਜ਼ ਲੱਗੀ ਹੈ, ਠੀਕ ਹੈ। ਅਤੇ ਨਾਲ ਤੁਹਾਨੂੰ ਇਹ ਮਿਲ ਰਿਹਾ ਦੁਪੱਟਾ, ਪ੍ਰਾਈਸ ਮਿਲ ਰਿਹਾ 1860। ਲਓ ਜੀ ਅਗਲਾ ਡਿਜ਼ਾਇਨ ਦੇਖਦੇ ਹਾਂ, ਇਹਨਾਂ ਦੇ ਸਾਰਿਆਂ ਦੇ ਜੈਪੁਰੀ ਕੋਟਨ ਦੇ ਵਿੱਚ ਜ਼ਿਆਦਾ ਕਿ ਸਭ ਦੇ ਹੀ ਗਲੇ 'ਤੇ ਹੀ ਵਰਕ ਹੈ, ਕਿਉਂਕਿ ਗਰਮੀਆਂ ਦੀ ਆਈਟਮ ਹੈ, ਗਲੇ 'ਤੇ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਪਾਏ ਹੋਏ। ਲਓ ਜੀ ਪੂਰਾ ਹੈਵੀ ਵਰਕ ਗਲੇ ਦੇ ਉੱਤੇ ਤੁਹਾਨੂੰ ਦੇ ਰਹੇ ਹਾਂ, ਪਰਸ ਦਾ ਕੰਮ ਹੈ, ਠੀਕ ਹੈ, ਪੂਰਾ ਹੈਵੀ, ਅਤੇ ਨਾਲ ਥਰੈਡ ਵਰਕ ਹੈ ਪਲੱਸ ਗੋਟਾ ਪੱਤੀ ਦਾ ਕੰਮ ਹੈ, ਠੀਕ ਹੈ। ਅਤੇ ਇਹਦੇ ਵਿੱਚ ਵੀ ਪਰਲਸ ਦਾ ਕੰਮ ਹੋਇਆ ਹੋਇਆ, ਠੀਕ ਹੈ। ਪਹਿਲਾਂ ਕਲਰ ਬਹੁਤ ਸੋਹਣਾ, ਪ੍ਰਿੰਟਿੰਗ ਐਂਡ ਕਲਰ ਦੋਨੋਂ ਬਹੁਤ ਸੋਹਣੇ ਆ। ਆਹ ਤੁਹਾਨੂੰ ਮਿਲ ਰਿਹਾ ਇਹਦਾ ਬੋਟਮ, ਆਹ ਤੁਹਾਨੂੰ ਮਿਲ ਰਿਹਾ ਇਹਦਾ ਪੇਂਟ ਵਾਲਾ ਦੁਪੱਟਾ, ਇਹਦਾ ਬ੍ਰੱਸ਼ ਪੇਂਟ ਦਾ ਦੁਪੱਟਾ ਹੈ, ਠੀਕ ਹੈ ਜੀ। ਲਓ ਠੀਕ, ਅਤੇ ਇਹਨੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਇਹਨੇ ਵੀ ਅਜੇ ਹੋਰ ਖੁੱਲ੍ਹ ਜਾਣਾ ਹੈ, ਹਲੋ ਠੀਕ ਹੈ। ਅਤੇ ਆਹ ਤੁਹਾਨੂੰ ਇਹਦੇ ਹੋਰ ਸਾਈਡ ਖੂਬਸੂਰਤ ਲੇਸ ਵੀ ਲੱਗੀ ਹੋਈ ਮਿਲੂਗੀ, ਠੀਕ ਹੈ। ਅਤੇ ਇਹ ਤੁਹਾਨੂੰ ਮਿਲਣਾ ਹੈ ਸੂਟ, ਬਹੁਤ ਖੂਬਸੂਰਤ ਲੱਗਣ ਵਾਲਾ ਸੂਟ ਬਣ ਕੇ, 1950 'ਚ, ਇਹ 1950 'ਚ ਮਿਲੂਗਾ, ਠੀਕ ਹੈ ਜੀ। ਨੈਕਸਟ ਜੀ ਅਗਲਾ ਦੇਖਦੀ ਹੈ, ਲਓ ਜੈਪੁਰੀ ਕੋਟਨ, ਉਹਦੇ ਉੱਪਰ ਖੂਬਸੂਰਤ ਗਲੇ ਦੇ ਉੱਤੇ ਪੱਟੀ ਬਣੀ ਹੋਈ ਹੈ, ਜਿਹਦੇ ਉੱਤੇ ਹੈਂਡ ਵਰਕ ਹੋਇਆ ਹੈ, ਪਰਲਸ ਦਾ ਕੰਮ ਹੈ, ਥਰੈਡ ਦਾ ਕੰਮ ਹੈ, ਨਾਲ ਮਿਰਰ ਹੈ, ਠੀਕ ਹੈ। ਅਤੇ ਨਾਲ ਇਹ ਵੀ ਇੱਕ ਪਰਲਸ ਦੀ ਹੀ ਲੇਸ ਜੀ ਲੱਗੀ ਹੋਈ ਹੈ, ਠੀਕ ਹੈ। ਅਤੇ ਇਹਦੇ ਨਾਲ ਤੁਹਾਨੂੰ ਮਿਲੂਗੀ ਇਹ ਬੋਟਮ, ਅਤੇ ਇਹ ਤੁਹਾਨੂੰ ਮਿਲੂ ਇਹਦਾ ਦੁਪੱਟਾ, ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਸੇਮ ਉਵੇਂ, ਠੀਕ ਹੈ, ਆਹ ਦੁਪੱਟਾ ਹੋਊਗਾ। ਅਤੇ ਇਹਦੇ ਨਾਲ ਤੁਹਾਨੂੰ ਕਾਂਟੇ ਵੀ ਦੇਵਾਂਗੇ, ਇਹ ਵਾਲੇ ਜਿਹੜੇ ਇਹਦੇ ਨਾਲ ਮਿਲਦੇ ਆ, ਜਿਹੜਾ ਆਹ ਚੀਜ਼ ਬਣੀ ਹੈ ਨਾ, ਸੇਮ ਉਹਦੇ ਨਾਲ ਮਿਲਦੇ ਹੋਏ ਕਾਂਟੇ ਤੁਹਾਨੂੰ ਨਾਲ ਆਉਣਗੇ, ਅਸੀਂ ਦੇਖੋ ਨਾਲ ਹੀ ਆਉਣਗੇ, ਟੈਗ ਕਰਤੇ ਅਸੀਂ ਵੀ ਅਲੱਗ ਨਾ ਹੋ ਜਾਣ, ਠੀਕ ਹੈ। ਅਤੇ ਇਹ ਖੂਬਸੂਰਤ ਕਾਂਟਿਆਂ ਵਾਲਾ ਜਿਹੜਾ ਸੂਟ ਹੈ, ਇਹ ਤੁਹਾਨੂੰ ਮਿਲਣਾ ਹੈ 1950 'ਚ, ਦੇਖੋ ਈਅਰਿੰਗਸ ਵੀ ਨਾਲ 1950 ਦੇ ਵਿੱਚ ਨਾਲ ਕਾਂਟੇ ਵੀ ਮਿਲ ਰਹੇ ਆ, ਠੀਕ ਹੈ, ਠੀਕ ਹੈ ਜੀ। ਦੇਖੋ ਐਨ ਸੱਜ ਜਾਣਾ ਪਾ ਕੇ ਪਾਰਟੀ 'ਚ,
ਦੁਪੱਟਾ ਲਟਕਣਾ ਵਾਲਾ ਤੇ ਨਾਲ ਤੁਹਾਨੂੰ ਮਿਲੂਗਾ ਇਹਦਾ ਇਹ ਬੋਟਮ ਠੀਕ ਹੈ। ਪ੍ਰਾਈਸ ਮਿਲ ਰਿਹਾ 1950 ਠੀਕ ਹੈ ਜੀ। ਅਗਲਾ ਪੂਰੀ ਪੂਰੀ ਤਰ੍ਹਾਂ ਗਰਲਿਸ਼ ਲੁੱਕ ਦੇ ਸੂਟ ਨੇ ਟੋਟਲੀ ਠੀਕ ਹੈ। ਅਗਲਾ ਦੇਖੋ ਜੀ ਤੁਸੀਂ ਜਸਟ ਪਿੱਕ ਆਈਟਮ ਹੈ ਲਓ ਦੇਖੋ ਗਲੇ ਦੇ ਉੱਤੇ ਖੂਬਸੂਰਤ ਥਰੈਡ ਵਰਕ ਦਬਕਾ ਮਿਰਰ ਵਰਕ ਠੀਕ ਹੈ ਤੇ ਆਹ ਮਟੈਲਿਕ ਵਰਕ ਜਿਹਾ ਵੀ ਇੱਕ ਹੋਰ ਹੈ ਠੀਕ ਹੈ ਉਹ ਮੈਨੂੰ ਕਟਦਾਨੇ ਦਾ ਕੰਮ ਵੀ ਹੈ ਦੇਖੋ ਪੂਰਾ ਐਨ ਲਸ਼ ਲਸ਼ ਕਰਦਾ ਗਲਾ ਬਣਨਾ ਤੁਹਾਡਾ ਅਤੇ ਨਾਲ ਮੀਡੀਅਮ ਪ੍ਰਿੰਟ ਠੀਕ ਹੈ ਡਸਟੀ ਜਿਹੇ ਕਲਰ ਦੇ ਉੱਤੇ ਮੀਡੀਅਮ ਪ੍ਰਿੰਟ ਜੇ ਤੁਸੀਂ ਥੋੜ੍ਹਾ ਜਿਹਾ ਐਂ ਵੀ ਲੱਗਦਾ ਤੁਹਾਨੂੰ ਕਿ ਮੈਂ ਹੁਣ ਬਾਹਲਾ ਨਹੀਂ ਪਾਉਂਦੀ ਤਿੱਖੇ ਤਾਂ ਤਿੱਖਾ ਨਹੀਂ ਹੈ ਸੂਟ ਠੀਕ ਹੈ ਅਤੇ ਨਾਲ ਤੁਹਾਨੂੰ ਇਹ ਮਿਲੂਗੀ ਲਾਈਨਸ ਵਾਲੀ ਬੋਟਮ ਅਤੇ ਇਹ ਤੁਹਾਨੂੰ ਮਿਲੂਗਾ ਦੁਪੱਟਾ ਡਿਜ਼ਾਇਨਰ ਠੀਕ ਹੈ ਪਿਓਰ ਦਾ ਦੁਪੱਟਾ ਹੋਊਗਾ ਅਤੇ ਆਹ ਇਹਦੇ ਉੱਤੇ ਇਸ ਤਰ੍ਹਾਂ ਲਟਕਣਾ ਦਾ ਡਿਜ਼ਾਇਨ ਹੋਊਗਾ ਠੀਕ। ਪ੍ਰਾਈਸ ਮਿਲੂਗਾ ਤੁਹਾਨੂੰ ਇਹਦਾ 1990 ਦੇ ਵਿੱਚ ਸੂਟ ਤੁਹਾਡੇ ਘਰ ਬਹੁਤ ਸੋਹਣਾ ਸੂਟ ਹੈ ਬਿਊਟੀਫੁਲ ਇਹਦਾ ਤਾਂ ਤੁਸੀਂ ਪ੍ਰਿੰਟ ਦੇਖ ਕੇ ਖਰੀਦ ਲਓ ਗੋਲੀ ਮਾਰੋ ਸਾਰੇ ਕੰਮਾਂ ਨੂੰ ਠੀਕ ਹੈ ਲਓ ਜੀ ਦੇਖੋ ਪ੍ਰਿੰਟ ਬਹੁਤ ਖੂਬਸੂਰਤ ਪ੍ਰਿੰਟ ਹੈ ਬੋਲਡ ਪ੍ਰਿੰਟ ਵੀ ਹੈ ਪਰ ਫਿਰ ਵੀ ਬੋਲਡ ਨਹੀਂ ਲੱਗ ਰਿਹਾ ਕਿਉਂਕਿ ਤਿੱਖਾਪਣ ਜਮੀ ਹੈ ਨਹੀਂ ਸੂਟ ਦੇ ਵਿੱਚ ਅਤੇ ਨਾਲ ਤੁਹਾਨੂੰ ਇਹਦੇ ਉੱਤੇ ਗਲੇ ਦੇ ਉੱਤੇ ਦੇਖੋ ਬਾਹਲਾ ਹੀ ਸੋਫਿਸਟੀਕੇਟਡ ਜਾ ਬਹੁਤ ਹੀ ਸਰਦਾਰੀ ਜੀ ਟੱਚ ਦਾ ਸੂਟ ਤਿਆਰ ਹੋਣਾ ਤੁਹਾਡਾ ਇਹ ਤੁਹਾਨੂੰ ਮਿਲ ਰਿਹਾ ਗਲੇ ਦੇ ਉੱਤੇ ਕੰਮ ਠੀਕ ਹੈ ਅਤੇ ਲੈਂਥ ਲੂੰਥ ਮੈਂ ਤੁਹਾਨੂੰ ਦੱਸ ਹੀ ਦਿੱਤੀ ਕਿੰਨੀ ਬਣੂੰਗੀ ਠੀਕ ਹੈ ਜੀ ਅਤੇ ਨਾਲ ਤੁਹਾਨੂੰ ਮਿਲੂਗਾ ਇਹ ਦੇਖੋ ਲਹਿਰੀ ਇਹਦਾ ਬੋਟਮ ਤੁਹਾਨੂੰ ਬੋਟਮ ਮਿਲਣਾ ਲਹਿਰੀ ਇਹਦਾ 2.5 ਮੀਟਰ ਅਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਖੋਲ੍ਹ ਕੇ ਦਿਖਾ ਦੇਣੀ ਹੈ ਜਿੰਨਾ ਸੋਫਿਸਟੀਕੇਟਡ ਅਤੇ ਸਰਦਾਰੀ ਜਿਹਾ ਸੂਟ ਹੈ ਉਨਾ ਹੀ ਸਰਦਾਰੀ ਅਤੇ ਸੋਫਿਸਟੀਕੇਟਡ ਦੁਪੱਟਾ ਹੈ ਦੇਖੋ ਆਹ ਤੁਹਾਨੂੰ ਮਿਲ ਰਿਹਾ ਹੈ ਸੇਮ ਠੀਕ ਹੈ ਹਾਫ ਪਿਓਰ ਦਾ ਦੁਪੱਟਾ ਅਤੇ ਨਾਲ ਪੱਟੀ ਲੱਗੀ ਹੋਈ ਹੈ ਠੀਕ ਹੈ ਜੀ ਤਿਆਰ ਹੈ ਪੂਰਾ ਪਾਰਟੀ 'ਤੇ ਜਾਣ ਨੂੰ ਸੂਟ ਗਰਮੀਆਂ ਦੇ ਵਿੱਚ ਸਟਾਈਲਿਸ਼ ਜਿਹਾ ਬਣਾ ਲਿਓ ਬਹੁਤ ਸੋਹਣਾ ਲੱਗਣ ਵਾਲਾ ਹੈ ਅਤੇ ਪ੍ਰਾਈਸ 1950 'ਚ ਸੂਟ ਤੁਹਾਡੇ ਘਰ ਲਓ ਜੀ ਹੁਣ ਤੁਸੀਂ ਇਹਦਾ ਕਲਰ ਦੇਖ ਕੇ ਖਰੀਦੋ ਇਹ ਤਾਂ ਦੋਨੋਂ ਸੂਟ ਕਲਰ ਅਤੇ ਪ੍ਰਿੰਟ ਦੇਖ ਕੇ ਖਰੀਦਣ ਵਾਲੇ ਨੇ ਹੋਰ ਤਾਂ ਸਾਰਾ ਕੁਛ ਤੁਸੀਂ ਭਾਵੇਂ ਛੱਡ ਦਿਓ ਲਓ ਜੀ ਕਿੰਨਾ ਪਿਆਰਾ ਕਲਰ ਅਤੇ ਕਿੰਨਾ ਪਿਆਰਾ ਪ੍ਰਿੰਟ ਖੋਲ੍ਹਦਾ ਹੁਣ ਲਾਸਟ ਹੈ ਦੇਖੋ ਬਹੁਤ ਸੋਹਣਾ ਬਿਊਟੀਫੁਲ ਦੇਖੋ ਕਿੰਨਾ ਪਿਆਰਾ ਲੱਗਣਾ ਬਣ ਕੇ ਬਹੁਤ ਸੋਹਣੀ ਲੁੱਕ ਆਉਣੀ ਬਣ ਕੇ ਸੂਟ ਦੀ ਠੀਕ ਹੈ ਅਤੇ ਆਹ ਤੁਹਾਨੂੰ ਮਿਲੂ ਇਹਦੇ ਨਾਲ ਹੈਂਡ ਵਰਕ ਪੂਰਾ ਨਾ ਰਜਮਾ ਦਿੱਤਾ ਹੈ ਤੁਹਾਨੂੰ ਹੋਰ ਥੋੜ੍ਹਾ ਜਿਹਾ ਦਿਖਾਉਣੀ ਹੈ ਮੈਂ ਮਿਰਰ ਵਰਕ ਹੋਇਆ ਹੋਇਆ ਦਬਕੇ ਦਾ ਕੰਮ ਹੋਇਆ ਹੋਇਆ ਅਤੇ ਥਰੈਡ ਵਰਕ ਵੀ ਪੂਰਾ ਹੋਇਆ ਹੋਇਆ ਅਤੇ ਫਿਰ ਅੱਗੋਂ ਇਹਨੂੰ ਸਮੋਸਾ ਲੇਸ ਲਾ ਕੇ ਇਹਨੂੰ ਫਾਈਨਲ ਕੀਤਾ ਹੈ ਠੀਕ ਹੈ ਅਤੇ ਨਾਲ ਤੁਹਾਨੂੰ ਇਹ ਮਿਲ ਰਿਹਾ ਉਹਦੀ ਤਰ੍ਹਾਂ ਹੀ ਲਹਿਰੀ ਦੁਆਈਆਂ ਦਾ ਟਾਈ ਡਾਈ ਦਾ ਦੁਪੱਟਾ ਪ੍ਰਾਈਸ ਮਿਲਣਾ ਹੈ 1950 ਰੁਪਈਏ ਜਸਟ ਪਿੱਕ ਸੂਟ ਨੇ ਸਾਡੇ 'ਤੇ ਯਕੀਨ ਕਰਕੇ ਮੰਗਾ ਲਿਓ ਜੋ ਦੱਸ ਰਹੇ ਹੈ ਉਹੀ ਚੀਜ਼ ਆਊਗੀ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਈ ਹੋਊਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹਿਣਾ ਉਹ ਨਹੀਂ ਭੁੱਲਣਾ ਅਤੇ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਵਰਾਇਟੀਆਂ ਮਿਲਾਂਗੇ